ਆ ਦੇਖ ਲਵੋ ਚੋਰਾਂ ਦੇ ਹਾਲ, ਘਰ ਦੇ ਬਾਹਰ ਪਈ ਨਿੱਕੀ ਤੋਂ ਨਿੱਕੀ ਚੀਜ਼ ਵੀ ਨਹੀਂ ਛੱਡਦੇ। ਔਰ ਇਹਨਾਂ ਚੋਰਾਂ ਦੇ ਵੱਲੋਂ ਆਏ ਦਿਨ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ। ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਬਾਈਕ ਤੇ ਸਵਾਰ ਲੋਈ ਦੀ ਬੁੱਕਲ ਮਾਰੀ ਜਾ ਰਹੇ ਇਹ ਦੋਵੇਂ ਚੋਰ ਨੇ, ਜਿਨ੍ਹਾਂ ਦੇ ਵੱਲੋਂ ਘਰ ਦੇ ਬਾਹਰ ਪਿਆ ਗਮਲਾ ਚੋਰੀ ਕੀਤਾ ਗਿਆ। ਇਹਨਾਂ ਦੇ ਹੱਥ ਵਿੱਚ ਇੱਕ ਕੁਹਾੜੀ ਵੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਮੋਗਾ ਦੇ ਕਿਸ਼ਨਪੁਰਾ ਮੁਹੱਲੇ ਦੇ ਵਿੱਚ ਇਹ ਚੋਰੀ ਕੀਤੀ ਗਈ। ਬਾਈਕ ਤੇ ਸਵਾਰ ਹੋ ਕੇ ਆਏ, ਘਰ ਦੇ ਬਾਹਰ ਗਮਲਾ ਪਿਆ ਸੀ, ਪਿੱਛੇ ਜਿਹੜਾ ਬਾਈਕ ਤੇ ਬੈਠਾ ਸੀ ਉਹਨੇ ਉਤਰ ਕੇ ਗਮਲਾ ਚੱਕਿਆ ਔਰ ਮੋਟਰਸਾਈਕਲ ਤੇ ਰੱਖ ਕੇ ਫਰਾਰ ਹੋ ਗਏ। ਔਰ ਇਹਨਾਂ ਦਾ ਪੂਰਾ ਕਾਰਨਾਮਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਮੋਗਾ ਦੇ ਕਿਸ਼ਨਪੁਰਾ ਮੁਹੱਲੇ ਦੀ ਇਹ ਵੀਡੀਓ ਹੈ, ਜਿੱਥੇ ਚੋਰਾਂ ਦੇ ਵੱਲੋਂ ਘਰ ਦੇ ਬਾਹਰ ਪਿਆ ਗਮਲਾ ਚੋਰੀ ਕੀਤਾ ਗਿਆ। ਹੱਥ ਵਿੱਚ ਇਹਨਾਂ ਦੇ ਕੁਹਾੜੀ ਸੀ ਕਿ ਜੇਕਰ ਕੋਈ ਅੱਗੋਂ ਟੱਕਰਦਾ ਜਾਂ ਕਿਸੇ ਨਾਲ ਬਹਿਸਬਾਜ਼ੀ ਟਕਰਾਅ ਹੁੰਦਾ ਤਾਂ ਇਹਨਾਂ ਨੇ ਉਹ ਲੋਹੇ ਦੀ ਕੁਹਾੜੀ ਦੇ ਨਾਲ ਵਾਰ ਕਰਨੇ ਸੀ। ਪਰ ਇਹਨਾਂ ਚੋਰਾਂ ਦੇ ਵੱਲੋਂ ਗਮਲਾ ਚੋਰੀ ਕੀਤਾ ਗਿਆ, ਘਰ ਦੇ ਬਾਹਰ ਪਿਆ ਛੋਟੀ ਤੋਂ ਛੋਟੀ ਚੀਜ਼ ਵੀ ਇਹ ਚੋਰ ਨਹੀਂ ਛੱਡਦੇ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਦੇਖ ਲਵੋ ਚੋਰਾਂ ਦੇ ਹਾਲ, ਘਰ ਦੇ ਬਾਹਰ ਪਈ ਨਿੱਕੀ ਤੋਂ ਨਿੱਕੀ ਚੀਜ਼ ਵੀ ਨਹੀਂ ਛੱਡਦੇ। ਔਰ ਇਹਨਾਂ ਚੋਰਾਂ ਦੇ ਵੱਲੋਂ ਆਏ ਦਿਨ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ। ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਬਾਈਕ ਤੇ ਸਵਾਰ ਲੋਈ ਦੀ ਬੁੱਕਲ ਮਾਰੀ ਜਾ ਰਹੇ ਇਹ ਦੋਵੇਂ ਚੋਰ ਨੇ, ਜਿਨ੍ਹਾਂ ਦੇ ਵੱਲੋਂ ਘਰ ਦੇ ਬਾਹਰ ਪਿਆ ਗਮਲਾ ਚੋਰੀ ਕੀਤਾ ਗਿਆ। ਇਹਨਾਂ ਦੇ ਹੱਥ ਵਿੱਚ ਇੱਕ ਕੁਹਾੜੀ ਵੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਮੋਗਾ ਦੇ ਕਿਸ਼ਨਪੁਰਾ ਮੁਹੱਲੇ ਦੇ ਵਿੱਚ ਇਹ ਚੋਰੀ ਕੀਤੀ ਗਈ। ਬਾਈਕ ਤੇ ਸਵਾਰ ਹੋ ਕੇ ਆਏ, ਘਰ ਦੇ ਬਾਹਰ ਗਮਲਾ ਪਿਆ ਸੀ, ਪਿੱਛੇ ਜਿਹੜਾ ਬਾਈਕ ਤੇ ਬੈਠਾ ਸੀ ਉਹਨੇ ਉਤਰ ਕੇ ਗਮਲਾ ਚੱਕਿਆ ਔਰ ਮੋਟਰਸਾਈਕਲ ਤੇ ਰੱਖ ਕੇ ਫਰਾਰ ਹੋ ਗਏ। ਔਰ ਇਹਨਾਂ ਦਾ ਪੂਰਾ ਕਾਰਨਾਮਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਮੋਗਾ ਦੇ ਕਿਸ਼ਨਪੁਰਾ ਮੁਹੱਲੇ ਦੀ ਇਹ ਵੀਡੀਓ ਹੈ, ਜਿੱਥੇ ਚੋਰਾਂ ਦੇ ਵੱਲੋਂ ਘਰ ਦੇ ਬਾਹਰ ਪਿਆ ਗਮਲਾ ਚੋਰੀ ਕੀਤਾ ਗਿਆ। ਹੱਥ ਵਿੱਚ ਇਹਨਾਂ ਦੇ ਕੁਹਾੜੀ ਸੀ ਕਿ ਜੇਕਰ ਕੋਈ ਅੱਗੋਂ ਟੱਕਰਦਾ ਜਾਂ ਕਿਸੇ ਨਾਲ ਬਹਿਸਬਾਜ਼ੀ ਟਕਰਾਅ ਹੁੰਦਾ ਤਾਂ ਇਹਨਾਂ ਨੇ ਉਹ ਲੋਹੇ ਦੀ ਕੁਹਾੜੀ ਦੇ ਨਾਲ ਵਾਰ ਕਰਨੇ ਸੀ। ਪਰ ਇਹਨਾਂ ਚੋਰਾਂ ਦੇ ਵੱਲੋਂ ਗਮਲਾ ਚੋਰੀ ਕੀਤਾ ਗਿਆ, ਘਰ ਦੇ ਬਾਹਰ ਪਿਆ ਛੋਟੀ ਤੋਂ ਛੋਟੀ ਚੀਜ਼ ਵੀ ਇਹ ਚੋਰ ਨਹੀਂ ਛੱਡਦੇ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।